ਹਰਪਾਲ ਚੀਮਾ ਜੀ ਦੀ 5 ਮਾਰਚ ਦੀ ਜਿਸ ਦਿਨ ਇਹਨਾਂ ਨੇ ਬਜਟ ਪੇਸ਼ ਕੀਤਾ ਸੀਗਾ ਉਸ ਦਿਨ ਦੀ ਵੀ ਗੈਰ ਹਾਜ਼ਰੀ ਸ਼ੋਅ ਹੋ ਰਹੀ ਹੈ। ਮੈਂ ਇਹਦੀ ਅਟੈਂਡੈਂਸ ਵਿੱਚ ਹਾਜ਼ਰੀ ਜਾ ਕੇ ਦੇਖਿਆ ਅਤੇ ਮੇਰਾ ਜਿਹੜੀ 1 ਤਰੀਕ ਦੀ ਸੈਕਿੰਡ ਸਿਟਿੰਗ ਸੀਗੀ ਉਹ ਐਬਸੈਂਟ ਸ਼ੋਅ ਹੋ ਰਹੀ ਸੀਗੀ, ਮੈਂ ਹਾਜ਼ਰ ਸੀਗਾ। ਮੈਂ ਭੈਣ ਬਲਜੀਤ ਕੌਰ ਜੀ ਨੂੰ ਪੁੱਛਿਆ ਇਹਨਾਂ ਦੀ ਵੀ ਐਬਸੈਂਟ ਸ਼ੋਅ ਹੋ ਰਹੀ ਹੈ, ਹਰਪਾਲ ਚੀਮਾ ਜੀ ਦੀ ਵੀ ਐਬਸੈਂਟ ਸ਼ੋਅ ਹੋ ਰਹੀ ਹੈ ਔਰ ETO ਸਾਹਿਬ ਦੀ ਐਬਸੈਂਟ ਸ਼ੋਅ ਹੋ ਰਹੀ ਹੈ। ਸਰ ਹੋਰ ਤਾਂ ਹੋਰ, ਹਰਪਾਲ ਚੀਮਾ ਜੀ ਦੀ 5 ਮਾਰਚ ਦੀ ਜਿਸ ਦਿਨ ਇਹਨਾਂ ਨੇ ਬਜਟ ਪੇਸ਼ ਕੀਤਾ ਸੀਗਾ ਉਸ ਦਿਨ ਦੀ ਵੀ ਗੈਰ ਹਾਜ਼ਰੀ ਸ਼ੋਅ ਹੋ ਰਹੀ ਹੈ। ਸੋ ਮੇਰੇ ਕਹਿਣ ਦਾ ਮਤਲਬ, ਮੈਂ ਜਦੋਂ ਸਟਾਫ ਵਾਲਿਆਂ ਨੂੰ ਮੁੰਡਿਆਂ ਨੂੰ ਪੁੱਛਿਆ ਉਹ ਕਹਿੰਦੀ ਜੇ ਲੌਗਇਨ ਕਰਾਂਗੇ ਤਾਂ ਹੀ ਹਾਜ਼ਰੀ ਲੱਗਦੀ ਹੈ। ਸੋ ਮੇਰੇ ਕਹਿਣ ਦਾ ਮਤਲਬ ਹੈ ਹੋਰ ਕੋਈ ਕੰਸਿਡਰੇਸ਼ਨ ਜਾਂ ਮਕਸਦ ਨਹੀਂ, ਉਹ ਸਿਰਫ ਮਕਸਦ ਦੋ ਹੀ ਨੇ ਕਿ ਇੱਕ ਤਾਂ ਜਿਵੇਂ ਸਪੋਜ਼ ਚੀਮਾ ਸਾਹਿਬ ਦੀ ਗੈਰ ਹਾਜ਼ਰੀ ਲੱਗ ਰਹੀ ਹੈ, ਹੋਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਤੇ ਤੁਹਾਡੇ ਲਈ ਫੰਕਸ਼ਨਿੰਗ ਲਈ ਉਹ ਨਾ ਹੋ ਜਾਵੇ ਕਿ ਕਿਵੇਂ ਪੋਸੀਬਲ ਹੈ ਇਹ ਕਿ ਗੈਰ ਹਾਜ਼ਰੀ ਦੇ ਬਜਟ ਪੇਸ਼ ਹੋ ਰਿਹਾ। ਔਰ ਦੂਸਰਾ, ਜਦੋਂ ਤੁਸੀਂ ਇੱਕ ਸੈਕਿੰਡ ਜਦੋਂ ਤੁਸੀਂ ਅਟੈਂਡੈਂਸ ਸਪੋਜ਼ ਕੋਈ RTI ਦੇ ਵਿੱਚ ਜਾਂ ਕੋਈ ਪੱਤਰਕਾਰ ਵੀਰ ਕੱਲ੍ਹ ਨੂੰ ਹਾਜ਼ਰੀ ਪੁੱਛਦੇ ਸਾਰੇ ਮੈਂਬਰ ਸਾਹਿਬਾਨ ਦੀ ਅਤੇ ਉਹ ਜਿਹੜੀ ਅਟੈਂਡੈਂਸ ਰੇਸ਼ੋ ਉਹ ਘੱਟਦੀ ਹੈ। ਸੋ ਮੇਰੇ ਖਿਆਲ ਦੇ ਵਿੱਚ ਇਹਨੂੰ ਥੋੜ੍ਹਾ ਜਿਹਾ ਤੁਸੀਂ ਕਰੈਕਸ਼ਨ ਜਿਹੜੀ ਉਹ ਕਰਾ ਲਓ, ਨਾ ਹੀ ਇਹ ਕਿਸੇ ਨੂੰ ਦੱਸਿਆ ਗਿਆ ਸੀਗਾ ਕਿ ਲੌਗਇਨ ਕਰਨਾ ਹੁੰਦਾ ਡੇਲੀ। ਤੁਹਾਡਾ ਧੰਨਵਾਦ। ਥੈਂਕ ਯੂ ਮਾਨਯੋਗ ਮੰਤਰੀ ਜੀ। ਜਿਹੜੀ ਅਟੈਂਡੈਂਸ ਆ ਉਹ ਹਜੇ ਤੱਕ ਮੈਨੂਅਲ ਹੀ ਲੱਗ ਰਹੀ ਆ, ਸੋ ਅਟੈਂਡੈਂਸ ਦਾ ਕੋਈ ਇਸ਼ੂ ਨਹੀਂ ਹੈ। ਬਾਕੀ ਇਹ ਜਿਹੜੀ ਇਹ ਨਵੀਂ ਇੱਕ ਪ੍ਰੋਸੈਸ ਸ਼ੁਰੂ ਕੀਤੀ ਹੈ ਇਹਦੇ 'ਚ ਕਈ ਤਰ੍ਹਾਂ ਦੀਆਂ ਊਣਤਾਈਆਂ ਹੋਣਗੀਆਂ, ਉਹ ਆਪਾਂ ਸਾਰਿਆਂ ਰਲ ਮਿਲ ਕੇ ਆਪਾਂ ਦੂਰ ਕਰ ਲਾਂਗੇ, ਕੋਈ ਇਸ਼ੂ ਨਹੀਂ ਹੈ। ਜੀ ਲਾਲਜੀਤ ਭੁੱਲਰ ਜੀ ਜਵਾਬ ਦੇਣਗੇ। ਮਾਨਯੋਗ ਸਪੀਕਰ ਸਾਹਿਬ, ਮਾਨਯੋਗ ਮੈਂਬਰ ਜੀ ਦੇ ਇਸ ਵਿਸ਼ੇ 'ਤੇ ਆਪ ਜੀ ਦੇ ਧਿਆਨ ਵਿੱਚ ਲਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਕੱਚੇ ਮਕਾਨਾਂ ਦੀਆਂ ਅਰਜ਼ੀਆਂ ਲਈ ਸਾਲ 2018 ਵਿੱਚ ਕੇਂਦਰ ਸਰਕਾਰ ਦੀ ਸਾਈਟ 'ਤੇ ਮੋਬਾਈਲ ਐਪਲੀਕੇਸ਼ਨ ਰਾਹੀਂ ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ ਸਨ, ਜਿਸ ਦੇ ਆਧਾਰ 'ਤੇ 27 ਉਡੀਕ ਵਿੱਚ ਸੂਚੀ ਵਿੱਚ ਕੁੱਲ 87,525 ਲਾਭਪਾਤਰੀਆਂ ਦੇ ਨਾਮ ਸ਼ਾਮਲ ਹੋਣ ਤੋਂ ਬਾਅਦ ਸਾਈਟ ਪੂਰੇ ਭਾਰਤ ਵਿੱਚ ਹੀ 2019 ਤੋਂ ਬੰਦ ਕਰ ਦਿੱਤੀ ਗਈ ਸੀ। ਪੰਜਾਬ ਸਰਕਾਰ ਨੂੰ ਸਾਲ 2021 ਵਿੱਚ ਕੁੱਲ 17,117 ਘਰ ਬਣਾਉਣ ਦਾ ਟੀਚਾ ਦਿੱਤਾ ਗਿਆ ਸੀ, ਜਿਸ ਵਿੱਚੋਂ ਹੁਣ ਤੱਕ ਤਕਰੀਬਨ 80% ਘਰ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਉਸਾਰੀ ਅਧੀਨ ਹਨ। ਸਾਈਟ ਨੂੰ ਦੁਬਾਰਾ ਤੋਂ ਖੁਲਵਾਉਣ ਲਈ ਸਮੂਹ ਰਾਜਾਂ ਸਮੇਤ ਪੰਜਾਬ ਵੱਲੋਂ ਕੇਂਦਰ ਸਰਕਾਰ ਨੂੰ ਉੱਚ ਪੱਧਰੀ ਮੀਟਿੰਗਾਂ ਵਿੱਚ ਸਮੇਂ-ਸਮੇਂ 'ਤੇ ਬੇਨਤੀ ਕੀਤੀ ਗਈ ਹੈ। ਹੁਣ ਕੇਂਦਰ ਸਰਕਾਰ ਵੱਲੋਂ ਅਗਲੇ 5 ਸਾਲਾਂ ਲਈ PMAYG ਸਕੀਮ ਨਵੇਂ ਸਿਰੇ ਤੋਂ ਲਾਗੂ ਕੀਤੀ ਜਾ ਰਹੀ ਹੈ, ਜਿਸ ਤਹਿਤ ਕੇਂਦਰ ਸਰਕਾਰ ਵੱਲੋਂ ਪੂਰੇ ਭਾਰਤ ਵਿੱਚ ਕੁੱਲ 2 ਕਰੋੜ ਨਵੇਂ ਮਕਾਨ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਤੋਂ ਇਲਾਵਾ ਸਕੀਮ ਦੀ ਗ੍ਰਾਂਟ ਨੂੰ ਵੀ ਵਧਾਉਣ ਅਤੇ ਲਾਭਪਾਤਰਾਂ ਦੀ ਚੋਣ ਲਈ ਮਿੱਥੇ ਗਏ ਮਾਪਦੰਡਾਂ ਵਿੱਚ ਛੋਟ ਦੇਣ ਲਈ 71 ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਕੇਂਦਰ ਸਰਕਾਰ ਵੱਲੋਂ ਮਿਤੀ 13 ਅਤੇ 14 ਫਰਵਰੀ 2024 ਨੂੰ ਸਮੂਹ ਰਾਜਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਦੀ ਕਾਰਵਾਈ ਅਨੁਲੱਗ ਊੜੇ 'ਤੇ ਨੱਥੀ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਭੇਜੇ ਗਏ ਸਾਲ 2024-25 ਦੇ ਸਾਲਾਨਾ ਐਕਸ਼ਨ ਪਲਾਨ ਵਿੱਚ ਕੁੱਲ 20,000 ਨਵੇਂ ਮਕਾਨਾਂ ਦੇ ਟੀਚੇ ਦੀ ਮੰਗ ਕੀਤੀ ਗਈ ਹੈ, ਜਿਸ ਦੀ ਪ੍ਰਵਾਨਗੀ ਆਉਣੀ ਅਜੇ ਬਾਕੀ ਹੈ। ਸਰ, ਇਹ ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਉਹਨੂੰ 3 ਮਹੀਨੇ ਦੀ ਜਿਹੜੀ ਸਜ਼ਾ ਵੀ ਹੋ ਸਕਦੀ ਹੈ ਤੇ 10 ਲੱਖ ਦਾ ਜਿਹੜਾ ਜੁਰਮਾਨਾ ਹੈ ਉਹ ਵੀ ਜਿਹੜਾ ਹੋ ਸਕਦਾ। ਤੇ ਇਸ ਤੋਂ ਇਲਾਵਾ ਸਰ, ਇਹ ਬਿਲਕੁਲ ਠੀਕ ਹੈ ਕਿ ਖਾਸ ਤੌਰ 'ਤੇ ਤਿਉਹਾਰਾਂ ਦੇ ਮੌਕੇ ਬਹੁਤ ਜਗ੍ਹਾ ਜਿਹੜਾ ਮਿਲਾਵਟੀ ਦੁੱਧ, ਮਿਲਾਵਟੀ ਖੋਆ, ਮਿਲਾਵਟੀ ਪਨੀਰ ਜਿਹੜੀ ਇਹਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇਹਦੇ ਲਈ ਸਰ ਪੂਰੇ ਸਾਲ ਜਿਹੜਾ ਡਿਪਾਰਟਮੈਂਟ ਹੈ ਉਹਦੇ ਵੱਲੋਂ ਜਿਹੜੀ ਚੈਕਿੰਗ ਹੈ ਉਹ ਕੀਤੀ ਜਾਂਦੀ ਹੈ। ਸਰ ਕੁਛ ਵੇਰਵੇ ਆ ਜਿਹੜੇ ਪਿਛਲੇ ਸਾਲਾਂ ਦੇ ਕਿ 2022 ਦੇ ਵਿੱਚ 8211 ਜਿਹੜੇ ਸੈਂਪਲ ਭਰੇ ਗਏ ਅਤੇ ਇਹਦੇ ਵਿੱਚੋਂ 1690 ਜਿਹੜੇ ਸੈਂਪਲ ਨੇ ਉਹ ਜਿਹੜੇ ਗਲਤ ਪਾਏ ਗਏ।
ਤੇ ਇਹਦੇ ਲਈ ਸਰ ਜਿਹੜੇ ਕੋਰਟ ਦੇ ਵਿੱਚ ਕੇਸ ਚੱਲੇ ਤਕਰੀਬਨ 1,81,73,300 ਰੁਪਏ ਜਿਹੜਾ ਜੁਰਮਾਨਾ ਉਹ ਲਗਾਇਆ ਗਿਆ ਤੇ 2023 ਚ 6,65 ਸੈਂਪਲ ਭਰੇ ਗਏ ਤੇ ਇਹਨਾਂ ਵਿੱਚੋਂ 955 ਸੈਂਪਲ ਜਿਹੜੇ ਆ ਜਿਹੜੇ ਸਹੀ ਨਹੀਂ ਪਾਏ ਗਏ ਤੇ ਇਹਨਾਂ ਦਾ ਵੀ ਜਿਹੜੇ ਕੇਸ ਚੱਲੇ ਉਹਨਾਂ ਦੇ ਵਿੱਚ ਤਕਰੀਬਨ 2,34,00,000 ਜਿਹੜਾ ਜੁਰਮਾਨਾ ਉਹ ਕੀਤਾ ਗਿਆ। ਤੇ ਸਰ ਆਈ ਜਦੋਂ ਤਿਉਹਾਰਾਂ ਦਾ ਦਿਨ ਹੁੰਦੇ ਆ ਦੀਵਾਲੀ ਵੇਲੇ ਉਦੋਂ ਜਿਹੜੇ ਸੈਂਪਲ ਲਈ ਵਧੇਰੇ ਲਏ ਜਾਂਦੇ ਆ ਤੇ ਜਿਹੜੇ ਵੀ ਲੋਕ ਫੜੇ ਜਾਂਦੇ ਆ ਉਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਹੁੰਦੀ ਹੈ। ਪਰ ਇਹ ਸਰ ਬਿਲਕੁਲ ਠੀਕ ਹੈ ਵੀ ਹੁਣ ਤੁਸੀਂ ਆਪਾਂ ਹੀ ਚੈੱਕ ਕਰੀਏ ਜਿੰਨੇ ਆਪਾਂ ਇੱਥੇ ਹਾਊਸ ਦੇ ਵਿੱਚ ਬੈਠੇ ਹਾਂ ਅੱਜ ਤੋਂ 20-25 ਸਾਲ ਪਹਿਲਾਂ ਹਰੇਕ ਦੇ ਘਰੇ ਮੱਝਾਂ ਵੀ ਸੀ ਅਤੇ ਉਦੋਂ ਲੋਕ ਹਲਵਾਈਆਂ ਦੀਆਂ ਦੁਕਾਨਾਂ ਤੋਂ ਮਿਠਾਈ ਮਠੂਈ ਵੀ ਘੱਟ ਲਿਆਉਂਦੇ ਸੀ ਅਤੇ ਹੁਣ ਮੈਨੂੰ ਲੱਗਦਾ ਨਹੀਂ ਪਿੱਛੋਂ 5-10 ਦੇ ਘਰੇ ਵੀ ਜਿਹੜੀਆਂ ਮੱਝਾਂ ਹੋਣਗੀਆਂ। ਡਿਮਾਂਡ ਜਿਹੜੀ ਆ ਉਹ ਇੰਨੀ ਵੱਧ ਰਹੀ ਹੈ ਅਤੇ ਸਪਲਾਈ ਜਿਹੜੀ ਜੇ ਮੱਝਾਂ ਘੱਟ ਰਹੀਆਂ ਤਾਂ ਇਹਦਾ ਮਤਲਬ ਕਿਤੇ ਕਿਤੇ ਜਿਹੜਾ ਜਾਲੀ ਦੁੱਧ ਘਿਓ ਜਿਹੜਾ ਉਹ ਆ ਰਿਹਾ। ਸੋ ਇਹਦੇ ਲਈ ਸਰ ਸਰਕਾਰ ਜਿਹੜੀ ਸਖਤਾਈ ਜਿਹੜੀ ਹੈ ਉਹ ਕਰ ਰਹੀ ਹੈ ਅਤੇ ਜਿਹੜੇ ਵੀ ਲੋਕ ਫੜੇ ਜਾਂਦੇ ਉਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਹੋ ਰਹੀ ਹੈ। ਲਾਡੀ ਜੀ ਮੰਤਰੀ ਸਾਹਿਬ ਨੇ ਦੱਸਿਆ ਜਿਹੜੀ ਰਾਸ਼ੀ ਆ ਉਹ ਨਕਲੀ ਦੁੱਧ ਦਾ ਇਸ਼ੂ ਹੈ, ਪੰਜਾਬ ਦੇ ਲੋਕਾਂ ਦੀਆਂ ਜਾਨਾਂ ਦਾ ਇਸ਼ੂ ਹੈ। ਤੁਸੀਂ ਸੰਜੀਦਗੀ ਨਹੀਂ ਦਿਖਾਉਂਦੇ, ਤੁਸੀਂ ਸੰਜੀਦਗੀ ਦਿਖਾਓ, ਪੰਜਾਬ ਦੇ ਲੋਕਾਂ ਦੀਆਂ ਜਾਨਾਂ ਦਾ ਇਸ਼ੂ ਹੈ। ਜੀ ਲਾਡੀ ਜੀ ਮੈਂ ਸਰਕਾਰ ਤੋਂ ਮੰਗ ਕਰਨਾ ਚਾਹੁੰਦਾ ਕਿ ਜਿਹੜੇ ਵੀ ਮਿਲਾਵਟਖੋਰ ਨੇ ਇਹਨਾਂ ਨਾਲ ਕੋਈ 2,000-4,000-5,000 ਜੁਰਮਾਨਾ ਲਾਉਣ ਦੇ ਨਾਲ ਇਸ ਚੀਜ਼ ਦਾ ਜਿਹੜਾ ਖਾਤਮਾ ਨਹੀਂ ਹੋਣਾ। ਘੱਟੋ ਘੱਟ 302 ਦੀ FIR ਜਾਂ ਇਹਨਾਂ ਨੂੰ ਮੌਤ ਦੀ ਸਜ਼ਾ ਦਈਏ, ਕਿਉਂਕਿ ਇਹ ਇੱਕ ਤਰ੍ਹਾਂ ਦਾ ਜ਼ਹਿਰ ਜਿਹੜਾ ਹੈਗਾ ਸਾਡੇ ਬੱਚਿਆਂ ਨੂੰ ਜਾਂ ਸਾਨੂੰ ਪਰੋਸਦੇ ਨੇ, ਇਹ ਵੀ ਸਾਡੀ ਇੱਕ ਹਿਸਾਬ ਦੀ ਨਸਲਕੁਸ਼ੀ ਕਰ ਰਹੇ ਨੇ। ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਇਹਦੇ ਕਾਨੂੰਨਾਂ ਦੇ ਵਿੱਚ ਸਖਤੀ ਲਿਆਂਦੀ ਜਾਵੇ ਅਤੇ ਇਹਨਾਂ ਦੇ ਕੋਈ ਹੋਰ ਜਿਹੜੀ ਬਣਦੀ ਕਾਰਵਾਈ ਨਾਲ ਦੀ ਨਾਲ FIR ਕੋਰਟ ਕੇਸ ਨਾ ਹੋਣ, ਨਾਲ ਦੀ ਨਾਲ FIR ਦਰਜ ਕੀਤੀ ਜਾਵੇ। ਧੰਨਵਾਦ ਸਪੀਕਰ ਸਾਹਿਬ। ਬਾਜਵਾ ਜੀ ਤੁਸੀਂ ਆਪਣੇ ਸੀਟਾਂ ਤੇ ਜਾਓ ਜੀ, ਬਾਜਵਾ ਜੀ ਗੁਜ਼ਾਰਿਸ਼ ਮੇਰੀ ਇਹ ਹੈ ਕਿ ਪ੍ਰਿਵਲੇਜ ਮੋਸ਼ਨ ਨੇ ਕਈ ਦਿਨਾਂ ਦਾ ਮੂਵ ਕੀਤਾ। ਇੱਕ ਆਨਰੇਬਲ ਮੈਂਬਰ ਬਾਰੇ ਚੀਫ ਮਿਨਿਸਟਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਸਾਡੀ ਗੁਜ਼ਾਰਿਸ਼ ਕਿ ਕਿਰਪਾ ਕਰਕੇ ਤੁਸੀਂ ਆਪਣੀ ਰੂਲਿੰਗ ਤੇ ਦਿਓ। ਈਵਨ ਇਫ ਯੂ ਅਗਰੀ ਵਟ ਦ ਚੀਫ ਮਿਨਿਸਟਰ ਸੈਡ, ਤੁਸੀਂ ਇਹ ਗੱਲ ਕਹੋ ਕਿ ਚੀਫ ਮਿਨਿਸਟਰ ਨੇ ਜਿਹੜੀ ਇਹ ਸ਼ਬਦਾਵਲੀ ਵਰਤੀ ਹੈ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੋ। ਗੱਲ ਮੌਕੀ ਜੀ, ਕਿਉਂਕਿ ਕਈ ਹਜ਼ਾਰਾਂ ਸਾਲਾਂ ਤੋਂ ਸ਼ੋਸ਼ਣ ਸਾਡੇ ਇਸ ਵਰਗ ਨਾਲ ਹੋ ਰਿਹਾ। ਤੁਹਾਡਾ ਤੁਹਾਡਾ ਜਿਹੜੀ ਰਿਪ੍ਰੈਜ਼ੈਂਟੇਸ਼ਨ ਮੇਰੇ ਕੋਲ ਪਹੁੰਚ ਗਈ ਹੈ, ਮੈਂ ਤੇ ਵਿਚਾਰ ਕਰ ਰਿਹਾ। ਸਾਨੂੰ ਕਿਰਪਾ ਕਰਕੇ ਜਵਾਬ ਦੇ ਦਿਓ। ਬੈਠੋ ਤੁਸੀਂ, ਤੁਹਾਡੀ ਗੱਲ ਆ ਗਈ, ਬੈਠੋ ਜੀ। ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ, ਮਨਵਿੰਦਰ ਸਿੰਘ ਗਿਆਸਪੁਰਾ ਜੀ ਤੁਹਾਡੀ ਕਾਲ ਅਟੈਂਸ਼ਨ ਹੈ, ਕਾਲ ਅਟੈਂਸ਼ਨ ਲੈਣਗੇ ਗਿਆਸਪੁਰਾ ਸਾਹਿਬ, ਨਾਰੇ ਰਿਕਾਰਡ ਨਾ ਕੀਤੇ ਜਾਣ। ਮਾਨਯੋਗ ਸਪੀਕਰ ਸਾਹਿਬ, ਮੈਂ ਆਪ ਜੀ ਦਾ ਧਿਆਨ ਇੱਕ ਅਤਿ ਮਹੱਤਤਾਪੂਰਨ ਵਾਲੇ ਵਿਸ਼ੇ ਜਿਹੜਾ ਕਿ PMAY ਜਿਹੜਾ ਕਿ ਸਾਡੇ ਗਰੀਬਾਂ ਦੇ ਛੱਤਾਂ ਨਾਲ ਜੁੜਿਆ ਹੋਇਆ, ਘਰਾਂ ਨਾਲ ਜੁੜਿਆ ਹੋਇਆ ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਿਹਦੇ ਤਹਿਤ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਉਹਨਾਂ ਦੀਆਂ ਘਰਾਂ ਦੀਆਂ ਛੱਤਾਂ ਬਣਾਈਆਂ ਜਾਂਦੀਆਂ ਨੇ, ਮਕਾਨ ਬਣਾ ਕੇ ਦਿੱਤੇ ਜਾਂਦੇ ਆ। ਮੈਨੂੰ ਪਤਾ ਕਿ ਜਦੋਂ ਇੱਕ ਗਰੀਬ ਪਰਿਵਾਰ ਗਰੀਬ
ਉਹਨੂੰ ਜਦੋਂ ਸਭ ਤੋਂ ਜ਼ਿਆਦਾ ਦੁੱਖ ਉਹਨੂੰ ਆਪਦੇ ਚੌਂਦੇ ਘਰ ਦਾ ਹੁੰਦਾ, ਕਿਉਂਕਿ ਅਸੀਂ ਗਰੀਬ ਘਰਾਂ ਦੇ ਵਿੱਚੋਂ ਉੱਠ ਕੇ ਆਏ ਹਾਂ, ਜਿਹਨੂੰ ਸਾਡੇ ਵਿਰੋਧੀ ਪਾਰਟੀ ਵਾਲੇ ਸਾਨੂੰ ਮਟੀਰੀਅਲ ਦੱਸਦੇ ਆ, ਅਸੀਂ ਜਿਹੜਾ ਮਟੀਰੀਅਲ ਹੈ ਕਿਸੇ ਘਰਾਂ ਦੇ ਵਿੱਚੋਂ ਪੈਦਾ ਹੋਏ ਹਾਂ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਛੱਤ ਜਿਹੜੀ ਆ ਸਾਡੀ ਚੌਂਦੀ ਹੁੰਦੀ ਸੀ, ਅਸੀਂ ਮੰਜਾ ਕਦੇ ਸੱਜੇ ਪਾਸੇ ਰੱਖਦੇ ਸੀ ਕਦੇ ਖੱਬੇ ਪਾਸੇ ਰੱਖਦੇ ਸੀ, ਕਿਉਂਕਿ ਸੜਕ ਹੈ। ਗਿਆਸਪੁਰਾ ਸਾਹਿਬ ਤੁਸੀਂ ਉਹ ਪੜ੍ਹਨੀ ਹੈ ਜਿਹੜੀ ਲਿਖ ਕੇ ਦਿੱਤੀ ਹੈ, ਸਿਰਫ ਪੜ੍ਹੋ। ਮੈਂ ਇਹੀ ਧਿਆਨ ਲਿਆਉਣਾ ਚਾਹੁੰਦਾ, ਮੈਂ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਪਿਛਲੇ ਕਈ ਸਾਲਾਂ ਤੋਂ, ਲਗਭਗ 4-5 ਸਾਲਾਂ ਤੋਂ ਉੱਪਰ ਸਮਾਂ ਹੋ ਗਿਆ ਕਿ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਕਿ ਉਹ ਆਪਣੇ ਕੱਚੇ ਮਕਾਨਾਂ ਦੇ ਲਈ ਕਿਤੇ ਅਪਲਾਈ ਕਰ ਸਕਣ। ਮੈਂ ਇਹ ਪੁੱਛਣਾ ਚਾਹੁੰਦਾ ਕਿ ਉਹਨਾਂ ਪਰਿਵਾਰਾਂ ਦਾ ਕੀ ਕਸੂਰ ਹੈ, ਉਹਨਾਂ ਨੂੰ ਕਦੋਂ ਮੌਕਾ ਮਿਲੂਗਾ, ਕਿਉਂਕਿ ਇਹ ਜਿਹੜੀ ਸਾਈਟ ਹੈ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਹੈ।